ਵਿੱਚ ਮੈਂ ਇੱਥੇ ਪਹੁੰਚੀ ਹਾਂ ਅਤੇ ਜਿਸ ਤਰ੍ਹਾਂ ਕਿ ਤੁਸੀਂ ਥੋੜ੍ਹੀ ਦੇਰ ਪਹਿਲਾਂ ਹੀ ਦੇਖਿਆ ਕਿ ਪਿੰਡ ਗੱਜੂ ਦੇ ਵਿੱਚ ਅਸੀਂ ਪਹੁੰਚ ਕੇ ਲਾਈਵ ਕੀਤਾ ਸੀਗਾ। ਆਹ ਦੇਖ ਲਓ ਥੋੜ੍ਹੀ ਜਿਹੀ ਦੂਰ ਹੀ ਇੱਕ ਮਨਜੀਰੀ ਪਿੰਡ ਹੈਗਾ। ਤੁਸੀਂ ਆਹ ਦੇਖੋ, ਮੈਂ ਕੈਮਰਾਮੈਨ ਨੂੰ ਕਹਾਂਗੀ ਕਿ ਇਹ ਦਿਖਾਓ। ਮੇਰੇ ਇੱਥੇ ਪਹੁੰਚਦੇ ਸਾਰ ਹੀ ਇਹਨਾਂ ਨੇ ਕ੍ਰੈਸ਼ਰ ਜਿਹੜੇ ਹੈ ਬੰਦ ਕਰ ਦਿੱਤੇ ਨੇ ਔਰ ਗੱਡੀਆਂ ਅਨਲੋਡ ਕਰਨੀਆਂ ਸ਼ੁਰੂ ਕਰ ਦਿੱਤੀਆਂ। ਆਹ ਦੇਖੋ ਹਜੇ ਤਾਜ਼ੀ ਤਾਜ਼ੀ ਖੁਦਾਈ ਹੋਈ ਪਈ ਹੈ। ਪਾਣੀ ਦਾ ਲੈਵਲ ਦੇਖੋ ਕਿੰਨਾ ਆ ਚੁੱਕਿਆ। ਪਾਣੀ ਦਾ ਲੈਵਲ ਚੈੱਕ ਕੀਤਾ ਜਾਏ ਕਿ ਕਿੰਨਾ ਆ ਚੁੱਕਿਆ। ਇੱਥੋਂ 100-100 ਫਿੱਟ ਡੂੰਘਾਈ ਦੇ ਵਿੱਚ ਇੱਥੇ ਕ੍ਰੈਸ਼ਰ ਚੱਲ ਰਹੇ ਨੇ। ਮੈਂ ਇੱਕ ਵੀਡੀਓ ਅਪਲੋਡ ਕਰਾਂਗੀ, ਉੱਧਰ ਵੀ ਦਿਖਾਇਆ ਜਾਏ ਜ਼ਰਾ ਕਿਸ ਤਰੀਕੇ ਦੇ ਨਾਲ ਕ੍ਰੈਸ਼ਰ ਚੱਲਦਾ ਵੀ ਬੰਦ ਕਰਤਾ। ਕ੍ਰੈਸ਼ਰ ਚੱਲਦਾ ਚੱਲਦਾ ਇਹਨਾਂ ਨੇ ਬੰਦ ਕਰ ਦਿੱਤੇ ਨੇ। ਮੇਰੇ ਪਹੁੰਚਦੇ ਹੀ ਇੱਥੇ ਇਹਨਾਂ ਨੇ ਕ੍ਰੈਸ਼ਰਸ ਬੰਦ ਕਰ ਦਿੱਤੇ ਆ। ਔਰ ਤੁਸੀਂ ਦੇਖੋ ਪੋਏ ਹਲਕੇ ਦਾ ਹਾਲ ਦੇਖੋ। ਇਹ ਉਹੀ ਪਿੰਡ ਹੈ ਜਿੱਥੇ ਲਾਲਚੰਦ ਕਟਾਰੂ ਚੱਕ ਜੀ ਨੇ 10 ਦਿਨ ਬੈਠ ਕੇ ਧਰਨਾ ਲਗਾਇਆ ਸੀਗਾ। ਇਹ ਉਹੀ ਪਿੰਡ ਹੈ ਜਿੱਥੇ ਇਹਨਾਂ ਨੇ ਆਮ ਲੋਕਾਂ ਕੋਲੋਂ ਵੋਟਾਂ ਮੰਗੀਆਂ ਸੀਗੀਆਂ। ਇਹ ਉਹੀ ਸਰਕਾਰ ਹੈ ਜਿੱਥੇ ਐਸੇ ਲੋਕਾਂ ਨੂੰ ਮਜਬੂਰ ਕਰਦੀ ਹੈ ਕਰਪਸ਼ਨ ਕਰਨ ਵਾਸਤੇ। ਹੁਣ ਤੁਸੀਂ ਦੱਸੋ ਕੌਣ ਜ਼ਿੰਮੇਵਾਰ ਹੈ? ਇਹ ਕਿਉਂ ਨਹੀਂ ਉੱਠ ਕੇ ਇੱਥੇ ਆ ਰਹੇ? ਇਹ ਕਿਉਂ ਨਹੀਂ ਵਰਕਰ ਤੜਾ ਤੜ ਰੈਲੀਆਂ ਦੇ ਵਿੱਚ? ਕੇਜਰੀਵਾਲ ਜਿਹੜੀ ਰੈਲੀ ਹੋਏ, ਮਾਨ ਸਾਹਿਬ ਦੀ ਰੈਲੀ ਹੋਏ, ਰੈਲੀਆਂ 'ਚ ਹਜ਼ਾਰ ਹਜ਼ਾਰ ਹਜੂਮ, 10-10 ਹਜ਼ਾਰ ਦਾ ਹਜੂਮ ਇਕੱਠਾ ਕਰਦੇ ਨੇ। ਐਸੀਆਂ ਜਗ੍ਹਾ 'ਤੇ ਤੁਸੀਂ ਆਪਣਾ ਹਜੂਮ ਕਿਉਂ ਨਹੀਂ ਇਕੱਠਾ ਕਰਦੇ? ਖੜ੍ਹੇ ਕਿਉਂ ਨਹੀਂ ਹੁੰਦੇ ਤੁਸੀਂ? ਕ੍ਰੈਸ਼ਰਸ ਬੰਦ ਕਰ ਦਿੱਤੇ ਨੇ। ਉਹ ਟਿੱਪਰ ਦਿਖਾਇਆ ਜਾਏ, ਉਹ ਦੇਖੋ ਪਾਣੀ ਗਿਰ ਰਿਹਾ ਉਹਦੇ ਵਿੱਚੋਂ। ਰੀਸੈਂਟਲੀ ਇਹਨੂੰ ਲੋਡ ਕੀਤਾ ਗਿਆ। ਲਾਗੇ ਜਾ ਕੇ ਦਿਖਾਓ ਪਾਣੀ ਕਿਸ ਤਰੀਕੇ ਨਾਲ ਉੱਥੋਂ ਗਿਰ ਰਿਹਾ। ਇਹ ਹੁਣੇ ਲੋਡ ਕਰਕੇ ਚੱਲਿਆ। ਔਰ ਮੈਂ ਦੱਸਣਾ ਚਾਹਾਂਗੀ ਕਿ ਮੈਂ ਇੱਕ ਰਸਤੇ 'ਚ ਆਉਂਦੇ ਆਉਂਦੇ ਗੁੰਡਾ ਪਰਚੀ ਦਾ ਵੀ ਇੱਥੇ ਬੂਥ ਪਕੜਿਆ। ਉਹਦਾ ਮੈਂ ਰਿਕਾਰਡ ਰਜਿਸਟਰ ਸਾਰਾ ਪਕੜ ਲਿਆ। ਅਗਲੀ ਜਿਹੜੀ ਨਕੇਲ ਕੱਸੀ ਜਾਏਗੀ ਗੁੰਡਾ ਪਰਚੀਆਂ ਦੇ ਵਾਲਿਆਂ 'ਤੇ ਕੱਟੀ ਜਾਏਗੀ, ਉਹਨਾਂ 'ਤੇ ਕੱਸੀ ਜਾਏਗੀ। ਤੁਸੀਂ ਉਹਨਾਂ ਦੀ ਵੀ ਮੈਂ ਖੈਰ ਨਹੀਂ, ਇੱਥੇ ਬਚ ਕੇ ਰਹਿਣਾ। ਮੈਂ ਬਹੁਤ ਜਲਦ ਤੁਹਾਡੇ ਸਾਰਿਆਂ ਕੋਲ ਪਹੁੰਚ ਰਹੀ ਹਾਂ। ਉਹਦਾ ਰਿਕਾਰਡ ਵੀ ਵੀਡੀਓ ਮੈਂ ਅਪਲੋਡ ਕਰ ਰਹੀ ਹਾਂ ਬਹੁਤ ਜਲਦ। ਹੁਣੇ ਮੈਂ ਇੱਥੇ ਗੱਡੀ ਅਨਲੋਡ ਹੁੰਦੇ ਦੀ ਵੀਡੀਓ ਤੁਹਾਨੂੰ ਇੱਥੇ ਪਾ ਕੇ ਦਿਖਾਵਾਂਗੀ, ਅਪਲੋਡ ਕਰਾਂਗੀ। ਇਸ ਲਈ ਗੱਡੀ 'ਚੋਂ ਨਿਕਲਦੇ ਮੈਨੂੰ ਟਾਈਮ ਲੱਗ ਗਿਆ। ਇੰਨੀ ਦੇਰ ਨੂੰ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਮੈਂ ਇੱਥੇ ਪਹੁੰਚ ਰਹੀ ਹਾਂ। ਇੱਥੇ ਸਾਰਾ ਇਹਨਾਂ ਨੇ ਕ੍ਰੈਸ਼ਰਸ ਬੰਦ ਕਰ ਦਿੱਤੇ ਨੇ। ਉੱਥੇ ਦੇਖੋ ਸਾਹਮਣੇ, ਉੱਥੇ ਹਜੇ ਵੀ ਸਾਰੀਆਂ ਮਸ਼ੀਨਾਂ ਚੱਲ ਰਹੀਆਂ ਸੀਗੀਆਂ ਔਰ ਉਹ ਵੀ ਉਹਨਾਂ ਨੇ ਬੰਦ ਕਰ ਦਿੱਤੀਆਂ ਹੈਗੀਆਂ। ਕਿਸ ਤਰੀਕੇ ਨਾਲ JCB ਦੀਆਂ ਗੱਡੀਆਂ ਦਿਖਾਓ, ਉਹ ਚੱਲ ਰਹੀਆਂ, ਹੁਣ ਉਹ ਵਾਪਿਸ ਭੱਜ ਰਹੇ ਨੇ, ਵਾਪਿਸ ਜਾ ਰਹੇ ਨੇ। ਕਿ ਕੌਣ ਜ਼ਿੰਮੇਵਾਰ ਹੈ ਮਨਜੀਰੀ ਪਿੰਡ ਦੇ ਵਿੱਚ? ਕੌਣ ਜ਼ਿੰਮੇਵਾਰ ਹੈ? ਪ੍ਰਸ਼ਾਸਨ ਚੁੱਪ ਕਿਉਂ ਹੈ? ਔਰ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਆਪਣੇ ਪੰਜਾਬ ਨੂੰ ਕਰਪਸ਼ਨ ਮੁਕਤ ਪੰਜਾਬ ਬਣਾਓ, ਇਸ ਤਰੀਕੇ ਦਾ ਖਿਲਵਾੜ ਨਾ ਕਰੋ। ਔਰ ਝੂਠੇ ਲਾਰੇ ਲਾ ਕੇ ਲੋਕਾਂ ਨੂੰ, ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਮਾਈਨਿੰਗ ਦੇ ਵਿੱਚੋਂ ਇਹ ਸਰਕਾਰ ਪੈਸਾ ਕਮਾ ਕੇ ਦਿੱਲੀ ਦੇ ਵਿੱਚ ਲੈ ਕੇ ਜਾਏਗੀ? ਇਹ ਪੰਜਾਬ ਹੈਗਾ, ਇੱਥੇ ਸਾਡੇ ਵਰਗੇ ਜਦੋਂ ਤੱਕ ਲੋਕ ਅੱਗੇ ਆ ਕੇ ਕੰਮ ਕਰਨਗੇ ਚੰਗੀ ਨੀਅਤ ਵਾਲੇ, ਕਦੀ ਵੀ ਇੱਥੇ ਕਰਪਸ਼ਨ ਨਹੀਂ ਹੋਣ ਦੇਣਗੇ। ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਤੁਸੀਂ ਇੱਥੇ ਦੇਖ ਰਹੇ ਹੋ ਮਨਜੀਰੀ ਪਿੰਡ ਦੇ ਵਿੱਚ, ਦੁਬਾਰਾ ਤਾਂ ਮੈਂ ਕਹਾਂਗੀ ਕਿ ਉਹ ਦਿਖਾਓ ਕਿ ਵਾਟਰ ਲੈਵਲ ਕਿੰਨਾ ਆ ਚੁੱਕਿਆ। ਕੌਣ ਹੈ ਇਸ ਚੀਜ਼ ਦਾ ਜ਼ਿੰਮੇਵਾਰ? ਪ੍ਰਸ਼ਾਸਨ ਸੁੱਤਾ ਪਿਆ। ਮੈਂ ਇਸ ਕੇਸ ਨੂੰ ਔਰ ਜ਼ਿੰਮੇਵਾਰ ਲੋਕਾਂ ਨੂੰ, ਜਿਹੜੇ ਲੋਕ ਮੰਤਰੀ ਬਣ ਕੇ ਇੱਥੇ ਬੈਠੇ ਨੇ, ਸੁੱਤੇ ਪਏ ਨੇ, ਕੁਛ ਨਹੀਂ ਕਰ ਰਹੇ, ਪ੍ਰਸ਼ਾਸਨ ਸੁੱਤਾ ਪਿਆ, ਉਹਨਾਂ ਨੂੰ ਜ਼ਿੰਮੇਵਾਰੀਆਂ ਇੰਨੀਆਂ ਦੇ ਦਿੱਤੀਆਂ ਗਈਆਂ ਅਤੇ ਆਪਣੇ ਹਲਕੇ ਨੂੰ ਦੇਖਣਗੇ ਕਿਸ ਤਰ੍ਹਾਂ। ਔਰ ਮਿੱਟੀ ਦੇ ਢੇਰ ਦੇਖੋ ਤੁਸੀਂ, ਇਹਨਾਂ ਨੇ ਫਿਲਿੰਗ ਕਰਨੀ ਹੈ। ਔਰ ਦੇਖੋ ਕ੍ਰੈਸ਼ਰ ਮੇਰੇ ਆਉਂਦੇ ਹੀ ਸਾਰਾ, ਮੇਰੀ ਗੱਡੀ ਲੱਗੀ ਹੋਈ ਹੈ ਇੱਥੇ, ਤੁਸੀਂ ਦੇਖ ਸਕਦੇ ਹੋ। ਔਰ ਇਹਨਾਂ ਨੇ ਗੱਡੀ ਮੇਰੇ ਆਉਂਦੇ ਹੀ ਸਾਰਾ ਕੁਛ ਇੱਥੇ ਕ੍ਰੈਸ਼ਰਸ ਬੰਦ ਕਰ ਦਿੱਤੇ ਆ। ਸੋ ਹੋਪਫੁਲੀ ਬਹੁਤ ਜਲਦ ਇਹਨਾਂ 'ਤੇ ਨਕੇਲ ਕੱਸੀ ਜਾਏਗੀ। ਮੈਂ ਬਹੁਤ ਜਲਦ ਪ੍ਰਸ਼ਾਸਨ ਦੇ ਅੱਗੇ ਇਹ ਕੇਸ ਲੈ ਕੇ ਜਾਵਾਂਗੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ।